ज्यादा जोड़िया जा ज्यादा गवाया ज्यादा बनाया ज्यादा बनाया तेन दवाई की लाइफ बारे की सोचता तू दवाई की है ब्लॉग अपना स्टार्ट हो गया ठीक है ते सुते पे उठे हैं सीधा बाहर चले हैं जवाकों ट्यूशन छकन एक जवाक ने जाना ट्यूशन से उन्होंने छकन जा रहे हैं ठंड ला रही है बहुत ज़्यादा अज जो भी डे होया फिर तुम दस ਜਿਵੇਂ ਆਡੀਅੰਸ ਨੂੰ ਗੁੱਡ ਮਾਰਨਿੰਗ ਬੋਲ ਦੋ 2.5 ਲੱਖ ਗੁੱਡ ਮਾਰਨਿੰਗ ਆਪਣੀ ਆਡੀਅੰਸ ਆ ਗੁੱਡ ਮਾਰਨਿੰਗ ਜ਼ਾਕੀ ਗੁੱਡ ਮਾਰਨਿੰਗ ਬੋਲ ਦੋ ਗੁੱਡ ਮਾਰਨਿੰਗ ਹਾਂ ਆਫੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੁਣ ਚੱਲਿਆ ਜਵਾਕ ਦੋ ਜਾਣੇ ਲੇਕਿਨ ਇੱਕ ਨੇ ਟਿਊਸ਼ਨ ਜਾਣਾ ਵੂ ਕਰਕੇ ਅੰਦਰ ਚੱਲ ਜਾ ਏਸੀ ਏਸੀ ਚਲਾ ਕੇ ਬੰਦ ਕਰ ਦੋ ਸਾਰਾ ਰੂਮ ਠੰਡਾ ਹੋ ਜਾਂਦਾ ਤੇ ਅੰਦਰ ਬੈਠਣ ਲੱਗਦਾ ਵੀ ਠੰਡ ਆ ਬਾਹਰ ਧੁੱਪ ਨਹੀਂ ਚੜੀ ਪਈ ਆ ਜੈਕਟਾਂ ਪਾਈ ਫਿਰਦੇ ਨੇ ਲੋਕੀ ਬਸ ਐਡਾ ਕੋਈ ਖਾਸ ਹੈ ਨੀ ਉਹਦਾ ਕੀ ਆ ਤੂੰ ਤੇਰੀ ਵੋਟ ਆ ਉਹ ਦੱਸ ਉਹ ਪਤਾ ਨੀ ਸਵੇਰ ਦੇ ਕਦੋਂ ਦੇ ਨਿਕਲੇ ਹੋਣੇ ਆ ਔਖਾ ਇਹ ਗੱਡੀ ਦੀ ਸਫਾਈ ਦੀ ਚੱਲਦੀ ਆ ਮਤਲਬ ਥੋੜਾ ਕਲੀਨਿੰਗ ਨਾਲ ਨਾ ਥੋੜਾ ਜਿਹਾ ਰੌਲਾ ਇਹਦਾ ਆਪਾਂ ਸਫਾਈ ਘੱਟ ਰੱਖੀ ਦੀ ਹੈ ਕਿਉਂਕਿ ਸ਼ੀਸ਼ਾ ਇਹਦਾ ਅਗਰ ਆਪਾਂ ਬਾਹਰ ਦੀ ਵੀਡੀਓ ਬਣਾਈਏ ਤਾਂ ਸ਼ੀਸ਼ਾ ਇਹਦਾ ਸੁੱਖ ਨਾਲ ਗੰਦਾ ਹੀ ਹੁੰਦਾ ਵਾ ਤਾਂ ਕਰਕੇ ਰੋਡ ਦੀ ਵੀਡੀਓ ਨਹੀਂ ਬਣਾ ਰਿਹਾ ਮੈਂ ਹੁਣ ਛੱਡ 8:30 ਕਲਾਸ ਸਟਾਰਟ ਹੋਣੀ ਹੈ ਅਤੇ ਲੈਣ ਕਿੰਨੇ ਵਜੇ ਜਾਣਾ ਸੁਣੀ ਵਾਪਸ After 2 hours, 2 ghanta. English boliye, bolo. After 2 ghanta, the. Jidda kena hai. Jidda, chal Canada niye kudiyan ko bolte hain. Jidiyan matlab, uthe land honde hi. Yeah. Like 2 ghanta. Like 2 ghanta jana uthe apna idda karna hai, theek hai? Haan, idda karna hai, the apna nu karna hai, pehna hai. ਕੈਨੇਡਾ ਚ ਲੈਣ ਲਿਆ ਹੋ ਕੇ ਏਦਾਂ ਕੰਮ ਚੱਲਦਾ ਕੁੜੀਆਂ ਦਾ ਉੱਥੇ ਹੁਣ ਬਾਹਰਲਾ ਮਾਹੌਲ ਦਿਖਾ ਦਈਏ ਰੋਡ ਦਾ ਕੀ ਸਿਸਟਮ ਆ ਕਿ ਨੀ ਦਿਖਾ ਦਿਓ ਬਹੁਤ ਯੂਨੀਕ ਆ ਯੂਨੀਕ ਮਾਹੌਲ ਆ ਬਹੁਤ ਵਧੀਆ ਕੀ ਹਮ ਇਸ ਗ੍ਰੀਨ ਲਾਈਟ ਸੇ ਨਿਕਲ ਪਾਏਗੇ ਮੈਨੂੰ ਨਹੀਂ ਲੱਗ ਰਿਹਾ ਮੈਨੂੰ ਤਾਂ ਲੱਗ ਰਿਹਾ ਹੈ ਅਗਰ ਨਿਕਲ ਗਏ ਤਾਂ ਹਮ ਕਾਮਯਾਬ ਹੋ ਸਕਤੇ ਹੈ ਦਇਆ ਸਲੋ ਕਰ ਲੋ ਮੇਰਾ ਗੈਸ ਸਹੀ ਥਾ ਹਮ ਨਿਕਲ ਗਏ ਵਾਹ ਦਇਆ ਲੱਗਤਾ ਹੈ ਮੁਜਰਿਮ ਆਪਣੇ ਹੱਥ ਮੇ ਆਨੇ ਹੀ ਵਾਲਾ ਹੈ ਹਮ ਉਸਕੀ ਮਾਂ ਬਣੇ ਚੱਲ 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 ਟਾਈਮ ਹੋ ਗਿਆ ਤੇਰਾ ਭੱਜ ਕੇ ਸ਼ਾਮੀਆ ਚੱਲ ਤੈਨੂੰ ਆਉਂ 2 ਘੰਟੇ ਬਾਅਦ ਲੈਣ ਹੁਣ ਮੈਂ ਓਕੇ ਠੀਕ ਹੈ ਕਿਆ ਤੂੰ ਆਪੇ ਆ ਗਈ ਪਜਾ ਦੇ ਤੁਹਾਨੂੰ ਮਿਲ ਸਕਦਾ 7:30 ਅਸੀਂ ਜਵਾਕ ਛੱਡ ਕੇ ਆਉਂਦਾ 9:30 ਅਸੀਂ ਲੈਣ ਜਾਵਾਂਗੇ ਬਲੌਗ ਖਤਮ ਬਸ ਕਿਉਂ ਸੁਣੀ ਮੈਂ ਹੁਣ ਦੇ ਵੇਟ ਕਰਦੇ 9:30 ਦਾ ਅਸੀਂ ਜਾਣੂ ਫਰੈਸ਼ ਹੁੰਦੇ ਜਾ ਕੇ ਚਾਹ ਪਾਣੀ ਪੀਂਦੇ ਆਪਦਾ ਹੈਂ 10:30 ਲੈਣ ਜਾ 10:30 ਬਾਬਾ ਕਹਿੰਦਾ ਸੀ ਆ ਤਾਂ ਦੱਬਦੇ ਦੱਬੇ ਆ ਤਾਂ ਜੇ 10:30 ਹੋ ਗਏ ਹਾਂ ਤੂੰ ਤਾਂ ਕਹਿੰਦਾ ਸੀ ਅਸੀਂ ਮਤਲਬ ਜਾਵਾਂਗੇ ਫਰੈਸ਼ ਹੋਵਾਂਗੇ ਨਹਾਵਾਂਗੇ ਧੋਵਾਂਗੇ 10:30 ਵਜੇ ਨੂੰ ਫਿਰ ਆਪਾਂ ਆਫ ਫੋਨ ਲੈਣ ਜਾਵਾਂਗੇ 2 ਘੰਟੇ ਦੇ ਕੱਲਾ ਆਪਾਂ ਬ੍ਰੇਕਫਾਸਟ ਕੀਤਾ ਜੀ ਨਹੀਂ ਕਰਦਾ ਨਾ ਕਿਉਂ ਛੁੱਟੀ ਹੈ ਸਹੀ ਗੱਲ ਨਾ ਕਿ ਬੰਦੇ ਦੀ ਨਾ ਸਲੀਮ ਨੂਰ ਚਲਾ ਜਾਂਦਾ ਚਿੱਤਰ ਮਾਰ ਬਿੱਲੀ ਦਾ ਐਕਚੁਅਲੀ
ਮੇਰਾ ਹੈਗਾ ਆਫ ਹਫ਼ਤੇ ਚੈੱਕ ਛੁੱਟੀ ਹੁੰਦੀ ਆ ਤੇ ਨਹੀਂ ਡੇਢ ਹੁੰਦੀ ਕਿਉਂ ਤੇ ਫਿਰ ਜਵਾਕ ਨੂੰ ਆਪਾਂ ਛੱਡਿਆ ਸਾਢੇ ਅੱਠ ਸਾਢੇ ਦਸ ਹੋ ਗਏ ਤਾਂ ਵਿਹਲੇ ਹੈਗੇ ਚੱਲ ਆਉਂਦੇ ਜਾ ਕੇ ਨਹੀਂ ਤਾਂ ਮੈਂ ਸੁੱਤਾ ਰਹਿੰਦਾ ਨਹਾਉਣ ਧੋਣ ਦਾ ਦਿਲ ਨਹੀਂ ਕਰਦਾ ਬ੍ਰੇਕਫਾਸਟ ਕੀਤਾ ਇੱਕ ਅਤੇ ਦੋ ਘੰਟਿਆਂ ਦੇ ਵਿੱਚ ਹੌਲੀ ਹੌਲੀ ਅਤੇ ਵਲੋਗ ਪੁਰਾਣਾ ਅਪਲੋਡ ਕਰਤਾ ਜਿਹੜਾ ਕੱਲ੍ਹ ਬਣਾਇਆ ਸੀਗਾ ਅਤੇ ਆਹ ਨੈਕਸਟ ਵਨ ਹੁਣ ਆਪਾਂ ਚੱਲਦੇ ਹਾਂ ਫਿਰ ਲੈਣ ਆਫ ਉਹਨੂੰ ਫਿਰ ਮਿਲਦੇ ਹਾਂ ਬਾਬਾ ਉਹ ਆ ਗਿਆ ਆਫੂ ਏ ਆਫੂ ਆਫੂ ਹਾਏ ਕਰ ਦਿਓ ਬੋਲ ਕੇ ਕਰਦੇ ਹੁੰਦੇ ਆ ਵੀ ਸਲੀਮੇ ਦੱਸ ਜਦ ਨੂੰ ਯਾਰ ਮੈਨੂੰ ਤੈਨੂੰ ਸਵਾਲ ਪੁੱਛਦਾ ਜਵਾਬ ਦੇ ਮੈਨੂੰ ਪੁੱਛ ਲੈ ਤੈਨੂੰ ਕਿੰਨੇ ਸਾਲ ਹੋ ਗਏ ਇੱਥੇ ਦੁਬਈ 'ਚ ਆਏ ਨੂੰ ਨੌ ਸਾਲ ਹੋ ਗਏ ਅੱਠ ਜਾਂ ਨੌ ਸਾਲ ਤੂੰ ਕੀ ਖੱਟਿਆ ਕੀ ਬਣਾਇਆ ਕੀ ਜੋੜਿਆ ਜ਼ਿਆਦਾ ਬਣਾਇਆ ਜਾਂ ਜ਼ਿਆਦਾ ਜੋੜਿਆ ਜਾਂ ਜ਼ਿਆਦਾ ਗਵਾਇਆ ਜ਼ਿਆਦਾ ਬਣਾਇਆ ਮੈਨੂੰ ਫੇਰ ਆ ਸਾਫ ਇੱਦਾਂ ਇੱਦਾਂ ਨੀ ਕਹਿੰਦੇ ਹਾਂ ਉਹ ਵੀਡੀਓ ਦੇ ਵਿੱਚ ਨੀ ਦੱਸੀ ਦਾ ਹੁੰਦਾ ਘਰਾਂ ਚ ਗੱਲ ਕਰ ਲਈ ਓਦਾਂ ਨੀ ਵੀ ਪੈਸਾ ਬਹੁਤ ਬਣਾਇਆ ਹਾਂ ਮਤਲਬ ਯਾਰੀ ਦੋਸਤੀ ਬਣਾਈ ਆ ਇੱਦਾਂ ਠੀਕ ਹੈ ਬਾਕੀ ਜੋ ਕੰਮ ਕਾਰ ਕਰੀ ਜਾ ਰਹੇ ਹਾਂ ਅੱਗੇ ਦੀ ਅੱਗੇ ਬੰਦਾ ਵੱਧਦਾ ਹੀ ਆ ਉਹ ਬਣਾਇਆ ਇੱਕ ਮੇਨ ਗੱਲ ਭੁੱਲ ਗਿਆ ਮੈਨੂੰ ਲੱਗਦਾ ਮੈਂ ਤੈਨੂੰ ਯਾਦ ਕਰਾ ਦਿੰਦਾ ਐਕਸਪੈਂਸਿਵ ਬਹੁਤ ਆ ਐਕਸਪੈਂਸਿਵ ਬਹੁਤ ਆ ਤੇ ਹੋਰ ਡੇ ਬਾਏ ਡੇ ਬੇਟਾ ਪਿੱਛੇ ਦੇ ਇਹ ਐਕਸਪੈਂਸਿਵ ਹੋਈ ਜਾ ਰਹੀ ਹੈ ਹਾਂ ਹਨਾ ਕਾਫੀ ਫਰਕ ਪੈ ਗਿਆ ਪਹਿਲਾਂ ਨਾਲੋਂ ਸਪੈਸ਼ਲੀ ਅਪਾਰਟਮੈਂਟ ਹਾਂ ਹੁਣ ਤਾਂ ਗਰੋਸਰੀ ਵੀ ਬਹੁਤ ਮਹਿੰਗੀ ਹੋ ਗਈ ਤੇ ਹੁਣ ਮਤਲਬ ਹੁਣ ਲੋਕ ਇਹਨਾਂ ਦਾ ਵੀ ਇਹਨਾਂ ਨੇ ਕਿਹੜਾ ਆਵਾਜ਼ਾਂ ਮਾਰੀਆਂ ਅਪਰਚੁਨਿਟੀਜ਼ ਕ੍ਰੀਏਟ ਕੀਤੀਆਂ ਜੌਬ ਕ੍ਰੀਏਟ ਕੀਤੀਆਂ ਹਨਾ ਇਹਨਾਂ ਨੂੰ ਨਹੀਂ ਕੁਝ ਕਹਿ ਰਹੇ ਆਪਾਂ ਲਾਈਫਸਟਾਈਲ ਕਹਿ ਰਹੇ ਆ ਲਾਈਫਸਟਾਈਲ ਹਨਾ ਇਹਨਾਂ ਨੂੰ ਨਹੀਂ ਕੁਝ ਕਹਿ ਰਹੇ ਇਹਨਾਂ ਨੇ ਤਾਂ ਕਿਹਾ ਵੀ ਆਓ ਕੰਮ ਕਰੋ ਕਮਾਓ ਹਾਂ ਬੰਦੇ ਨੇ ਕਮਾਇਆ ਆਦਾ ਜੋੜਿਆ ਵੀ ਇੱਥੇ ਫੈਮਲੀਆਂ ਵੀ ਪਾਲੀਆਂ ਬਹੁਤ ਸਾਰਿਆਂ ਦੇ ਬਿਜ਼ਨਸ ਵੀ ਚੱਲਦੇ ਨੇ ਬਹੁਤ ਆਮ ਝਾਮ ਐਨ ਖਿਲ ਰਿਹਾ ਪਿਆ ਦੁਬਈ ਦੇ ਵਿੱਚ ਹਨਾ ਸਾਰਿਆਂ ਦਾ ਤੇ ਲੇਬਰ ਤੋਂ ਲੈ ਕੇ ਆਪਣੇ ਕਈ ਕਰੋੜਪਤੀ ਬਣ ਗਏ ਕਈ ਰੋੜਪਤੀ ਵੀ ਬਣ ਗਏ ਜੋ ਸੱਚ ਆ ਤੇ ਫਿਰ ਸਰਵਾਈਵ ਕਰਨਾ ਨਾ ਥੋੜਾ ਹੋਣਾ ਕਿ ਡਿਫਿਕਲਟੀ ਆ ਹੋਰ ਬਾਹਰ ਤੇ ਲੇਕਿਨ ਚੱਲੀ ਜਾਂਦੀ ਲਾਈਫ ਵਧੀਆ ਨਹੀਂ ਕਰਨੀ ਜਾਣ ਕੇ ਆਪਾਂ ਅੱਕ ਕੇ ਲਾ ਲਾ ਡੇਲੀ ਦੀ ਭਜੋ ਭਜਨ ਚਲੋ ਚੱਲ ਤੋਂ ਨਾ ਸੇਮ ਲਾਈਫ ਰਿਪੀਟ ਟੈਨਸ਼ਨ ਹਾਂ ਟੈਨਸ਼ਨ ਉਹੀ ਗੱਲਾਂ ਉਹੀ ਜਿਹੜੀ ਗੱਲ ਪਹਿਲਾਂ ਕਿ ਸਕੂਨ ਨਹੀਂ ਆਪਾਂ ਨੂੰ ਮਿਲ ਰਿਹਾ ਉਹ ਜਾਂ ਤੁਸੀਂ ਫੈਮਲੀ ਰੱਖ ਲਓ ਜਾਂ ਸੇਵਿੰਗ ਕਰ ਲਓ ਹਨਾ ਸੇਵਿੰਗ ਇੱਥੇ ਹੋ ਜੂਗੀ ਇੱਕ ਗੱਲ ਤੋਂ ਬਹੁਤ ਹੋ ਜੂਗੀ ਤਾਂ ਜਾਂ ਤਾਂ ਅੱਜ ਦਾ ਤੂੰ ਆਪਦਾ ਅੱਜ ਦਾ ਟਾਈਮ ਦਾ ਫਿਊਚਰ ਜਾਂ ਪ੍ਰੈਜ਼ੈਂਟ ਲਾਈਫ ਸਟਾਈਲ ਤੈਨੂੰ ਚੁਣਨਾ ਪੈਣਾ ਵਧੀਆ ਤਾਂ ਤਾਂ ਫਿਰ ਸੇਵਿੰਗ ਨਹੀਂ ਹੋਣੀ ਹਾਂ ਸੇਵਿੰਗ ਨਹੀਂ ਠੀਕ ਆ ਜੇ ਤੂੰ ਨਹੀਂ ਚੱਲਦਾ ਚੁਣਦਾ ਲਾਈਫ ਸਟਾਈਲ ਫਿਰ ਤੂੰ ਸੇਵਿੰਗ ਬਹੁਤ ਕਰ ਸਕਦਾ ਹਾਂ ਬੈਚਲਰ ਲਾਈਫ ਰਹਿ ਸਾਰੀ ਜੇਬ ਚ ਪਾ ਅੱਛਾ ਮੇਰੀ ਗੱਲ ਸੁਣ ਫਾਈਨਸ ਜਿਹੜੇ ਹੁੰਦੇ ਫਾਈਨ ਆਉਂਦੇ ਆ ਇੱਥੇ ਕਿਸੇ ਵੀ ਤਰ੍ਹਾਂ ਦਾ ਫਾਈਨ ਆਪਾਂ ਬਿਜ਼ਨਸ ਵੀ ਆ ਹਨਾ ਤੇ ਬਿਜ਼ਨਸ ਦੇ ਵਿੱਚ ਵੀ ਆਉਂਦੇ ਆ ਜਾਂ ਕਿਵੇਂ ਵੀ ਉਹ ਕੀ ਫਿਲਮ ਆ ਤੇਰੇ ਦਿਮਾਗ ਦੇ ਵਿੱਚ ਫਾਈਨ ਨਾ ਫਾਈਨ ਦਾ ਨਾ ਫਾਈਨ ਨਹੀਂ ਮਾਰੀ ਅੱਜ ਤੱਕ ਜਿੰਨੀ ਮਾਰੀ ਹਲਾ ਕੇ ਰੱਖਿਆ ਨਾ ਫਾਈਨ ਬਹੁਤ ਫਾਈਨ ਇਹ ਫਾਈਨ ਜੋ ਫਾਈਨ ਨਾ ਬਹੁਤ ਜ਼ਿਆਦਾ ਦੇਣੀ ਪੈਂਦੇ ਆ ਮਤਲਬ ਜਦੋਂ ਇੱਕ ਫਾਈਨ ਸਮਝ ਲਓ ਹੁਣ ਬੰਦਾ ਜਾ ਰਿਹਾ ਰੋਡ ਤੇ ਗਲਤੀ ਹੋ ਜਾਂਦੀ ਹੈ ਮਿਸਟੇਕ ਆਉਂਦੀ ਹੈ ਵਧੀਆ ਰੂਲਸ ਐਂਡ ਰੈਗੂਲੇਸ਼ਨਸ ਨੇ ਨਹੀਂ ਤਾਂ ਇੱਥੇ ਇਹੋ ਜਿਹੇ ਡੰਗਰ ਨੇ ਨਾ ਗੱਡੀਆਂ ਚਲਾਉਣ ਵਾਲੇ ਤੇ ਮਤਲਬ ਉਹ ਤਾਂ ਫਿਰ ਇੱਕ ਦੂਜੇ ਦੇ ਉੱਤੇ ਚਲਾਉਂਦੇ ਫਿਰ ਹਾਂ ਇਹ ਰੂਲਸ ਐਂਡ ਰੈਗੂਲੇਸ਼ਨ ਨਹੀਂ ਰੋਕੇ ਹੋਏ ਨੇ ਰੋਡ ਤੇ ਆਪਾਂ ਕਰਦੇ ਆ ਮਿਸਟੇਕ ਹੋ ਜਾਂਦੀ ਹੈ ਫਾਈਨ ਇਹ ਵੀ ਬਹੁਤ ਹੱਦ ਤੱਕ ਚੱਲ ਸਹੀ ਲੇਕਿਨ ਜਦੋਂ ਬੰਦੇ ਨੂੰ ਫਾਈਨ ਆ ਜਾਂਦਾ ਵਾ
ਤੇ ਉਹਨੂੰ ਦੁੱਖ ਬਹੁਤ ਲੱਗਦਾ ਕਿਉਂਕਿ ਉਹਦੀ ਹਾਰਡ ਅਰਨਿੰਗ ਮਨੀ ਦੇ ਵਿੱਚੋਂ 7-800 ਦਰਾਮ ਜਾ ਰਿਹਾ ਹੁੰਦਾ ਹੈ ਜੋ ਅਗਰ ਸਪੀਡ ਕੈਮਰਾ ਲੱਗ ਜੇ ਛੋਟਾ ਮੋਟਾ ਕੁਝ 300 ਦਰਾਮ ਦਾ ਫਾਈਨ 400 ਦਰਾਮ ਦਾ ਫਾਈਨ ਡਿਫਰੈਂਟ ਕਾਈਂਡ ਆਫ ਫਾਈਨਸ ਨੇ ਯਾਰ ਇੱਕ ਦਿਨ ਮੈਂ ਆਪਣੇ ਹੀ ਸਲੂਨ ਆ ਸੁਖਣਾ ਹਨਾ ਤੇ ਸਲੂਨ ਦੇ ਬਾਹਰ ਗੱਡੀ ਲਾਈ ਮੈਂ ਗਿਆ ਅੰਦਰ ਬਾਥਰੂਮ ਕਰਨ ਚਲਾ ਗਿਆ ਮੈਂ ਬਾਥਰੂਮ ਕਰਕੇ ਬਾਹਰ ਆਇਆ ਤਾਂ ਮੈਨੂੰ 150 ਦਰਾਮ ਦਾ ਫਾਈਨ ਆ ਗਿਆ लंबे टाइम तक बंदे ने फ्रस्ट्रेशन दे विच रहना डिप्रेशन दे विच रहना टेंशनां दे विच रहना खान पीन हो जाए ध्यान रखना ना फिर एंड ते जां तां ब्लड प्रेशर डायबिटीज हैं कोई ना कोई डिजीज कोई ना कोई वैसे ही एवरेज बहुत डायबिटीज इत्थे दुबई दे विच अगले फिर ओना चार्ज देंदे ने पैसे लाउंदे ने उन्हां नूं वीआईपी दे विच सिखाउंदे ने गड्डियां वड्डियां दे विच ਉਹ ਮਾਤੜ ਆਪਣੇ ਵਰਗੇ ਜਿਹੜੇ ਸਨੀ ਆ ਜਿਨ੍ਹਾਂ ਨੇ ਪਾ ਕੇ ਗੇਅਰ ਦੱਬਣੀ ਹੁੰਦੀ ਆ ਉਹਨਾਂ ਚ ਆਪਾਂ ਸਿੱਖਣੀ ਆ ਮਤਲਬ ਹਨਾ ਤੇ ਚਾ ਪੈਸੇ ਘੱਟ ਲਾਉਣ ਨੂੰ ਚਾਰ ਪੈਸੇ ਬਚਾ ਲਈਏ ਹਨਾ ਤਾਂ ਕਰਕੇ ਇਹ ਡਿਫਰੈਂਸਸ ਦੀ ਹੁਣ ਕਿੱਥੇ ਚੱਲੇ ਆਪਾਂ ਹੁਣ ਯਾਰ ਮਾਰਕੀਟ ਚੱਲੇ ਆ ਬਹੁਤ ਦਿਨਾਂ ਦਾ ਮੂਡ ਆ ਗਜਰੇਲਾ ਖਾਣ ਦਾ ਗਜਰੇਲਾ ਗਾਜਰ ਦਾ ਹਲਵਾ ਇੱਥੇ ਆਪਣੇ ਕੋਲ ਇੱਕ ਮਾਰਕੀਟ ਲੱਭੀ ਆ ਕਿਉਂ ਸੁਣੀ ਮੈਂ ਜਿੱਥੇ ਮਤਲਬ ਸਾਗ ਵੀ ਮਿਲ ਜਾਂਦਾ ਫਰੈਸ਼ समान लिया जाए अज गजरेला बनाइए साग तो नहीं बनाते गजरेला जरूर बनावांगे वाली मार्केट है ठीक है वाली मार्केट दे विच मिल जांदा सौदा अपना सारा दिन कुछ चलता चलो कोई गल नहीं जिथे भी मर्जी जाओ मिल जाता चलो ठीक है फिर अपने टायर जमा क्लीन कर देने धो देने सुनी मैंने तो पंप दी ओ पुछ यार आप लवांगे पंप तो हैवी ड्यूटी है ड्यूटी चाहिए ਵੱਡੇ ਕੰਮਾਂ ਤੇ ਇੱਕ ਵੱਡਾ ਕੰਮ ਕਰਾਉਣ ਲੱਗੇ ਕਟਿੰਗ ਆਪਣੇ ਸਲੂਨ ਦਾ
ਕਿਹੜਾ ਕਿਤੇ ਜਾਣਾ ਹੈ। एक घंटा गया, एक घंटा ही देना मुंडे स्पीड तेज आ बस ठीक है। खुशी है, खुश है। तेरे क्या सी ना बड़ा काम, तेरी ग्रूमिंग करा दी ना हूँ आप दे सलून ची। 10-15 दिन बाद आता ग्रूमिंग करा जो दूजे से जाना पा फिर तो औखा तेरा, फिर तो महीना पक्का। तेरी ग्रूमिंग कराती हूँ मैं, है बहुत खुश हूँ। यू जो हनी सिंह वाला फील होगा, हाँ दाढ़ी मुच्छा कटा के फ्रेश बना दा, फ्रेश हो के आप भी अपने बढ़िया लग रहा। ठीक है, मैं नहीं कराया आज कुछ, चलिए हो करे हूँ आप कर ला। साढ़े मेन अड्डे है, थोड़े लेफ्ट होगी गड्डी होगी दो तीन अड्डे और आप जाना कितने। चलो चलिए मिलते हैं फिर करे करे आगे मिल। ਕਿੱਧਰ ਆਇਆ ਸਲੀਮੇ? ਵਾਕਿੰਗ ਸ਼ੌਕਿੰਗ। ਦੁਪਹਿਰ ਦਾ ਸਾਰਾ ਕੁਝ ਕੰਮ ਸੈੱਟ ਹੋ ਗਿਆ ਸੀਗਾ, ਰੋਟੀ ਪਾਣੀ ਖਾ ਲਿਆ ਰੱਜ ਕੇ, ਲੇਕਿਨ ਸੌਂ ਸੌਂ ਕੇ ਕੰਮ ਨਿਬੇੜ ਕੇ ਵਾਕਿੰਗ ਲਈ ਆਏ ਹਾਂ। ਰੋਡ 'ਤੇ ਗਿਸੇਸ ਹੈ ਕਿ ਨਹੀਂ, 40 ਮਿੰਟ ਦੀ ਘੱਟੋ 45 ਮਿੰਟ ਦੀ ਵਾਕਿੰਗ ਆ ਇਹ, ਜ਼ਬਰਦਸਤ ਕਿਉਂ ਸਲੀਮੇ? ਯੈਸ। ਹਾਂ ਚਲ ਹੋਰ ਸੁਣਾ ਫਿਰ ਗੱਲਬਾਤ। ਵਾਕਿੰਗ ਕਰਦੇ ਹਾਂ, ਬਹੁਤ ਗੱਲਾਂ ਕੀਤੀਆਂ, ਬਹੁਤ ਗੱਲਾਂ ਕੀਤੀਆਂ ਹਨਾ। ਅੱਜ ਮੈਂ ਗੱਲਾਂ ਕੀਤੀਆਂ, ਬੰਦਾ ਹੈ ਵਧੀਆ, ਨਹੀਂ ਤਾਂ ਫੋਨਾਂ 'ਤੇ ਲੱਗੇ ਰਹੀਦਾ। ਅਸੀਂ ਹਫ਼ਤੇ 'ਚ ਇੱਕ ਦਿਨ ਵਾਕ ਕਰਦੇ ਹਾਂ ਜਿਹਦੇ ਛੁੱਟੀ ਛੁੱਟੀ ਹੁੰਦੀ ਹੈ, ਅਸੀਂ ਬਾਕੀ 6 ਦਿਨ ਲੋਕਾਂ ਨੂੰ ਸੁਣਾਈਦਾ ਵੀ ਵਾਕ ਕਰਿਆ ਕਰੋ, ਹੈਲਥ ਵਧੀਆ, ਉਹਨੂੰ ਤੁਸੀਂ ਡੇਲੀ ਤੁਰਨ ਜਾਇਆ ਕਰੋ, ਵਾਕ ਕਰਿਆ ਕਰੋ ਹਨਾ ਅਸਲੀ ਮੈਂ ਹਫ਼ਤਾ। ਲੇਕਿਨ ਚੱਲ ਠੀਕ ਆ, ਇੱਕ ਦਿਨ ਸਹੀ, ਕੁਛ ਨਾ ਕੁਛ ਤਾਂ ਫਰਕ ਪੈਂਦਾ ਹੀ ਹੋਊ। ਚੱਲ ਕਰ ਦਈਏ ਫਿਰ, ਓਕੇ ਕਰ ਦਈਏ। ਓਕੇ ਓਕੇ ਜੀ, ਅਸੀਂ ਵਲੌਗ ਦਾ ਐਂਡ ਕਰਦੇ ਹਾਂ ਇੱਥੇ, ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਇਹ ਅਸੀਂ ਕੱਲ੍ਹ ਨੂੰ ਅਪਲੋਡ ਕਰ ਦੇਣਾ, ਕੱਲ੍ਹ ਸਵੇਰੇ ਅਪਲੋਡ ਕਰ ਦੇਣਾ, ਇੱਕ ਆਲਰੇਡੀ ਅਪਲੋਡ ਕੀਤਾ ਹੋਇਆ, ਅੱਜ ਹੀ ਕੀਤਾ, ਉਹ ਦੇਖਦੇ ਜਾ ਕੇ ਲਾਈਕ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਬਾਬਾਸ।